ਜ਼ਿਲ੍ਹਾ ਜਲੰਧਰ ਦੇ ਕਸਬਾ ਅਪਰਾ ਦੇ ਨੇੜਲੇ ਪਿੰਡ ਮੋਰੋ ਵਿਖੇ ਰਾਏ ਗੋਤ ਜਠੇਰੇ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ NRI ਅਤੇ ਸਮੂਹ ਰਾਏ ਸੰਗਤ ਵੱਲੋਂ ਰਾਏ ਗੋਤ ਜਠੇਰਿਆਂ ਦਾ 25ਵਾਂ ਸਾਲਾਨਾ ਜੋੜ ਮੇਲਾ 29 ਮਈ ਦਿਨ ਬੁੱਧਵਾਰ ਨੂੰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਦਿੰਦਿਆਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਰਾਜ ਬੱਲਾ ਅਤੇ ਪ੍ਰਬੰਧਕਾਂ ਨੇ ਦੱਸਿਆ ਕਿ ਮੇਲੇ ਦੌਰਾਨ ਸੰਗਤ ਵੱਲੋਂ ਝੰਡੇ ਅਤੇ ਚਿਰਾਗਾਂ ਦੀ ਰਸਮ ਕੀਤੀ ਜਾਵੇਗੀ। ਇਸ ਮੌਕੇ ਪ੍ਰਸਿੱਧ ਕਲਾਕਾਰਾਂ ਵੱਲੋਂ ਧਾਰਮਿਕ ਅਤੇ ਸੱਭਿਆਚਾਰਕ ਗੀਤ ਗਾ ਕੇ ਸੰਗਤ ਦਾ ਮਨੋਰੰਜਨ ਵੀ ਕੀਤਾ ਜਾਵੇਗਾ। ਗੁਰੂ ਦਾ ਲੰਗਰ ਸੰਗਤ ਵਿੱਚ ਅਤੁੱਟ ਵਰਤਾਇਆ ਜਾਵੇਗਾ। ਪ੍ਰਬੰਧਕਾਂ ਨੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਮੇਲੇ ਦੀ ਰੌਣਕ ਵਧਾਉਣ ਦੀ ਅਪੀਲ ਕੀਤੀ। ਸਾਰੀ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਰਾਏ ਗੋਤ ਵਾਲਿਆਂ ਨੂੰ 29 ਤਰੀਕ ਨੂੰ ਮੋਰੋਂ ਪਿੰਡ ਮੇਲਾ ਜਠੇਰਿਆਂ ਦਾ, ਸਾਰੇ ਹੁਆ ਕੇ ਦਰਸ਼ਨ ਦਿਓ। ਲੰਗਰ ਦਾ ਹੋਊਗਾ, ਰੋਟੀ ਚਾਹ ਪਾਣੀ ਦਾ ਹੋਊਗਾ, ਸਵੇਰੇ ਗਾਉਣ ਵਾਲੇ ਲੱਗਣਗੇ ਅਤੇ ਝੰਡਾ ਚੜ੍ਹਾਇਆ ਜਾਊਗਾ। ਸਾਰੇ ਰਾਏ ਪਰਿਵਾਰ ਵਾਲੇ ਜਿੱਥੇ ਵੀ ਹੈਗੇ ਆ ਮੇਲੇ ਦੇ ਜ਼ਰੂਰ ਦਰਸ਼ਨ ਦੇਣ ਦੀ ਕਿਰਪਾ ਕਰਨ।